ਸਤ ਸ੍ਰੀ ਅਕਾਲ ਪਿਆਰੇ ਦੋਸਤੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਅਫੀਸ਼ੀਅਲ YouTube ਚੈਨਲ ਦੀਪ ਜੋਬ ਪੋਰਟਲ ਤੇ ਤੇ ਦੋਸਤੋ ਅੱਜ ਦੀ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਜਿਹੜਾ ਅੱਜ ਦੇ ਨਿਊਜ਼ਪੇਪਰ ਵਿੱਚ ਨੋਟੀਫਿਕੇਸ਼ਨ ਆਊਟ ਹੋਇਆ ਜਿਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਆਫਿਸ ਆਫ ਡਿਸਟ੍ਰਿਕਟ ਪ੍ਰੋਗਰਾਮ ਆਫਿਸ ਆਫੀਸਰ ਸੰਗਰੂਰ ਵਿਖੇ ਜਿਹੜਾ ਵਨ ਸਟਾਪ ਸਾਕੀ ਵਨ ਸਟਾਪ ਸੈਂਟਰ ਸੰਗਰੂਰ ਆ ਜਿਹਨੂੰ ਅਸੀਂ ਸਾਕੀ ਕਹਿੰਦੇ ਹਾਂ ਤੇ ਉਹਦੇ ਵਿੱਚ ਦੋਸਤੋ IT ਸਟਾਫ ਦੀ ਜਿਹੜੀ ਪੋਸਟ ਆਊਟ ਹੋਈ ਹੈ ਤੇ ਇਹ ਇਸ ਨੋਟੀਫਿਕੇਸ਼ਨ ਬਾਰੇ ਆਪਾਂ ਡਿਟੇਲ ਵਿੱਚ ਇਸ ਵੀਡੀਓ ਵਿੱਚ ਗੱਲ ਕਰਾਂਗੇ ਤੇ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਲੈ ਚੱਲਦੇ ਹਾਂ ਇਹਨਾਂ ਦੀ ਆਫੀਸ਼ੀਅਲ ਵੈਬਸਾਈਟ ਦੇ ਉੱਪਰ ਤੇ ਦੋਸਤੋ ਇਹ ਇਹਨਾਂ ਦੀ ਆਫੀਸ਼ੀਅਲ ਵੈਬਸਾਈਟ ਠੀਕ ਹੈ ਜੀ ਇਹਦਾ ਲਿੰਕ ਮੈਂ ਵੀਡੀਓ ਦੀ ਡਿਸਕ੍ਰਿਪਸ਼ਨ ਦੇ ਵਿੱਚ ਦੇ ਦੂੰਗਾ ਤੇ ਤੁਸੀਂ ਇੱਥੋਂ ਦੇਖ ਸਕਦੇ ਹੋ ਜਿਹੜਾ ਨੋਟੀਫਿਕੇਸ਼ਨ ਆਊਟ ਹੋਇਆ ਠੀਕ ਹੈ ਇਹਦੇ ਬਾਰੇ ਆਪਾਂ ਗੱਲ ਕਰਦੇ ਹਾਂ ਹੁਣ ਡਿਟੇਲ ਵਿੱਚ ਤੇ ਦੋਸਤੋ ਜਿਹੜੀ ਇਹ ਵੈਕੈਂਸੀ ਆਊਟ ਹੋਈ ਹੈ ਕੰਟਰੈਕਟ ਬੇਸ 'ਚ ਹੈ ਜੀ ਤੇ ਇਹਦੇ ਵਿੱਚ ਆਈਟੀ ਸਟਾਫ ਮੇਲ ਜਾਂ ਫੀਮੇਲ ਇੱਕ ਪੋਸਟ ਆ ਜਿਹੜੀ ਕਿ ਐਸਸੀ ਲਈ ਰਿਜ਼ਰਵਡ ਆ ਠੀਕ ਹੈ ਜੀ ਤੇ ਇਹਦੀ ਸੈਲਰੀ ਦੀ ਗੱਲ ਕਰੀਏ 15000 ਸੈਲਰੀ ਮਿਲੂਗੀ ਤੁਹਾਨੂੰ ਪਰ ਮੰਥ ਇਹਦੀ ਤੇ ਇਹ ਦੋਸਤੋ ਜਿਹੜੀ ਪੋਸਟ ਅਪਲਾਈ ਕਰਨੀ ਤੁਸੀਂ ਇਹ ਆਫਲਾਈਨ ਅਪਲਾਈ ਕਰਨੀ ਆ ਮਤਲਬ ਕਿ ਤੁਸੀਂ ਰਜਿਸਟਰਡ ਡਾਕ ਰਾਹੀਂ ਇਹਨਾਂ ਨੂੰ 30 ਦਿਨਾਂ ਦੇ ਅੰਦਰ ਅੰਦਰ ਤੱਕ ਇਹਨਾਂ ਦੇ ਜਿਹੜੇ ਪਤੇ ਦੇ ਉੱਪਰ ਭੇਜ ਸਕਦੇ ਹੋ ਠੀਕ ਹੈ ਜੀ ਤੇ ਬਾਕੀ ਹੁਣ ਅੱਗੇ ਗੱਲ ਕਰਦੇ ਆ ਦੋਸਤੋ ਕੀ ਕੁਛ ਇਹਦੇ ਵਿੱਚ ਇਹਨਾਂ ਨੇ ਮੰਗੇ ਕੁਆਲਿਫਿਕੇਸ਼ਨ ਵਗੈਰਾ ਤੇ এডਿਕੇਸ਼ਨ ਕੁਆਲੀਫਿਕੇਸ਼ਨ ਦੀ ਗੱਲ ਕਰੀਏ ਦੋਸਤੋ ਤੁਹਾਡੀ ਗ੍ਰੈਜੂਏਸ਼ਨ ਹੋਣੀ ਚਾਹੀਦੀ ਹੈ ਕੰਪਿਊਟਰ ਦੇ ਵਿੱਚ ਜਾਂ ਫਿਰ ਡਿਪਲੋਮਾ ਹੋਵੇ ਤੁਹਾਡਾ ਕੰਪਿਊਟਰ ਦਾ ਤੇ ਇਹਨਾਂ ਨੇ ਕਿਹਾ ਕਿ ਦੋਸਤੋ ਜਿਹੜੇ ਮਾਸਟਰ ਡਿਗਰੀ ਹੋਲਡਰ ਨੇ ਜਿਵੇਂ ਕਿ ਐਮਸੀ ਵਾਲੇ ਹੋਗੇ ਐਮਐਸਸੀ ਆਈਟੀ ਵਾਲੇ ਹੋਗੇ ਬੀਸੀਏ ਵਾਲੇ ਹੋਗੇ ਉਹਨਾਂ ਨੂੰ ਪ੍ਰੇਫਰੈਂਸ ਦਿੱਤੀ ਜਾਊਗੀ ਠੀਕ ਹੈ ਜੀ ਤੇ ਐਕਸਪੀਰੀਅੰਸ ਦੀ ਗੱਲ ਕਰੀ ਇਹਨਾਂ ਨੇ ਮਿਨੀਮਮ 3 ਇਅਰ ਐਕਸਪੀਰੀਅੰਸ ਮੰਗੇ ਇਨ ਡਾਟਾ ਮੈਨੇਜਮੈਂਟ ਡਾਟਾ ਡਾਕੂਮੈਂਟੇਸ਼ਨ ਐਂਡ ਵੈਬ ਬੇਸਡ ਰਿਪੋਰਟਿੰਗ ਫਾਰਮੈਟਸ ਵੀਡੀਓ ਕਾਨਫਰੈਂਸਿੰਗ ਇਨ ਐਦਰ ਐਟ ਦੀ ਲੈਵਲ ਆਫ ਸਟੇਟ ਡਿਸਟ੍ਰਿਕਟ ਨਾਨ ਗਵਰਨਮੈਂਟ ਔਰ ਆਈਟੀ ਬੇਸਡ ਆਰਗੇਨਾਈਜੇਸ਼ਨ ਠੀਕ ਹੈ ਜੀ ਗੱਲ ਕਰਦੇ ਇਹਦੇ ਵਿੱਚ ਕੀ ਸ਼ਰਤਾਂ ਨੇ ਇਹਨਾਂ ਦੀਆਂ ਉਮਰ ਦੀ ਗੱਲ ਕਰੀਏ ਦੋਸਤੋ 18 ਤੋਂ 45 ਸਾਲ ਦੇ ਵਿੱਚ ਕਰ ਤੁਹਾਡੀ ਹੋਣੀ ਚਾਹੀਦੀ ਆ ਇਸ ਸਾਮੀ ਲਈ ਬਿਨੇ ਪੱਤਰ ਦਫਤਰ ਜ਼ਿਲ੍ਹਾ ਪ੍ਰੋਗਰਾਮ ਅਫਸਰ ਗਰਾਊਂਡ ਫਲੋਰ ਕਮਰਾ ਨੰਬਰ 105 107 ਬਲਾਕ ਬੀ ਡੀਸੀ ਕੰਪਲੈਕਸ ਸੰਗਰੂਰ ਵਿੱਚ 30 ਦਿਨਾਂ ਦੇ ਅੰਦਰ ਅੰਦਰ ਕੇਵਲ ਰਜਿਸਟਰਡ ਡਾਕ ਪ੍ਰਾਪਤ ਹੋਣੀ ਚਾਹੀਦੀ ਹੈ ਹਨ ਠੀਕ ਹੈ ਜੀ ਤੁਸੀਂ ਰਜਿਸਟਰਡ ਡਾਕ ਦੁਆਰਾ ਹੀ ਸੈਂਡ ਕਰਨਾ ਹੈ ਇਹਨਾਂ ਨੂੰ ਤੇ ਇਸ ਅਸਾਮੀ ਲਈ ਪ੍ਰਾਪਤ ਬਿਨੇਕਾਰ ਨੂੰ ਯੋਗਤਾ ਤੇ ਤਜਰਬੇ ਦੇ ਆਧਾਰ ਤੇ ਸ਼ਾਰਟਲਿਸਟ ਕਰਨ ਸੰਬੰਧੀ ਅਧਿਕਾਰ ਜ਼ਿਲ੍ਹਾ ਪੱਧਰ ਕਮੇਟੀ ਨੂੰ ਹੋਣਗੇ ਅਤੇ ਸਮੇਂ-ਸਮੇਂ ਤੇ ਜ਼ਿਲ੍ਹਾ ਪੱਧਰੀ ਕਮੇਟੀ ਵੱਲੋਂ ਇਸ ਸੰਬੰਧੀ ਫੈਸਲਾ ਲਿਆ ਜਾਵੇਗਾ ਠੀਕ ਹੈ ਜੀ ਤੇ ਦੋਸਤੋ ਆ ਇਹਦਾ ਐਪਲੀਕੇਸ਼ਨ ਫਾਰਮ ਆ ਤੁਸੀਂ ਇਹ ਫਿਲ ਕਰਕੇ ਰਜਿਸਟਰਡ ਡਾਕ ਦੁਆਰਾ ਇਹਨਾਂ ਨੂੰ ਸੈਂਡ ਕਰਨਾ ਤੇ ਤੁਸੀਂ ਦੇਖ ਸਕਦੇ ਹੋ ਤੇ ਇਹ ਜਿਹੜਾ ਫਾਰਮ ਆ ਮੈਂ ਆਪਣੀ ਵੀਡੀਓ ਦੀ ਡਿਸਕ੍ਰਿਪਸ਼ਨ ਦੇ ਵਿੱਚ ਤੁਹਾਡਾ ਤੁਸੀਂ ਡਾਊਨਲੋਡ ਕਰਕੇ ਭਰ ਸਕਦੇ ਹੋ ਤੋਂ ਠੀਕ ਹੈ ਜੀ ਤੇ ਦੋਸਤੋ ਤੁਸੀਂ ਇਹ ਜਿਹੜਾ ਸੈਂਡ ਕਰਨਾ ਇਹਨਾਂ ਨੂੰ ਆਹ ਪਤੇ ਦੇ ਉੱਪਰ ਸੈਂਡ ਕਰਨਾ ਤੁਸੀਂ ਦੇਖ ਸਕਦੇ ਹੋ ਆਫਿਸ ਆਫ ਡਿਸਟ੍ਰਿਕਟ ਪ੍ਰੋਗਰਾਮ ਆਫੀਸਰ ਸੰਗਰੂਰ ਰੂਮ ਨੰਬਰ 105 108 ਬਲਾਕ B ਗਰਾਉਂਡ ਫਲੋਰ ਠੀਕ ਹੈ ਜੀ ਆਹ ਪਤਾ ਤੁਸੀਂ ਜਿਹੜਾ ਲਫਾਫਾ ਇਨਵੈਲਪ ਹੋਊਗਾ ਤੁਹਾਡੇ ਪੋਸਟ ਦਾ ਉਹਦੇ ਉੱਪਰ ਤੁਸੀਂ ਲਿਖ ਕੇ ਇਹਨਾਂ ਨੂੰ ਸੈਂਡ ਕਰ ਦੇਣਾ ਠੀਕ ਹੈ ਜੀ ਫਿਰ ਇਹ ਦੋਸਤੋ ਇਹ ਅਪਲੀਕੇਸ਼ਨ ਫਾਰਮ ਹੈ ਜੇ ਤੁਸੀਂ ਸਾਡੇ ਤੋਂ ਪਰਮਾਣਨਾ ਚਾਹੁੰਦੇ ਹੋ ਤੁਸੀਂ ਸਾਨੂੰ ਕਮੈਂਟ ਕਰਕੇ ਦੱਸ ਸਕਦੇ ਹੋ ਜਾਂ ਸਾਨੂੰ ਪਰਸਨਲੀ ਵੀ ਮੈਸੇਜ ਕਰ ਸਕਦੇ ਹੋ ਤੇ ਉਹ ਵੀਡੀਓ ਵਿੱਚ ਕੁਝ ਨਹੀਂ ਪਤਾ ਲੱਗਿਆ ਹੋਵੇ ਤਾਂ ਤੁਸੀਂ ਸਾਨੂੰ ਕਮੈਂਟ ਕਰਕੇ ਆਪਣੀ ਜਿਹੜੀ ਐਕੁਇਰੀ ਹੈ ਉਹ ਦੱਸ ਸਕਦੇ ਹੋ ਤੁਹਾਡੀ ਹਰ ਕੁਇਰੀ ਦਾ ਹੱਲ ਸਾਡੇ ਚੈਨਲ ਤੇ ਕੀਤਾ ਜਾਊਗਾ ਠੀਕ ਹੈ ਜੀ ਸੋ ਦੋਸਤੋ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਮਿਲਾਂਗੇ ਆਪਾਂ ਕੱਲ ਨੂੰ ਇੱਕ ਨਵਾਂ ਅਪਡੇਟ ਲੈ ਕੇ ਤਦ ਤੱਕ ਲਈ ਮੈਨੂੰ ਦੋ ਜਾਸਤ ਧੰਨਵਾਦ ਜੀ